ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਅੱਜ ਜਿਹੜੇ ਸਿੱਖਾਂ ਤੋਂ ਤੂੰ ਨਫ਼ਰਤ ਕੀਤੀ ਹੈ ਨਾ, ਮੈਂ ਇਹਨਾਂ ਤੋਂ ਦਰਸ਼ਨ ਕਰਦਾ। ਇਹ ਮੇਰੇ ਪੁੱਤਰ ਹਨ, ਇਹ ਮੇਰੇ ਪਿਆਰੇ ਹਨ, ਮੈਂ ਇਹਨਾਂ ਪੁੱਤਰ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਉਹ ਕਿਹੜੇ ਹੋ ਤੁਸੀਂ? ਹੋ ਕਈ ਹਜ਼ਾਰਾਂ ਦੇ ਵਿੱਚ ਤੁਸੀਂ ਸ਼ਾਮਿਲ ਹੋ ਗਏ ਗੁਰਮੁਖੋ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਲੈ ਕੇ ਆਪਣਾ ਜੀਵਨ ਬਣਾ ਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੱਲਿਆ ਅੰਮ੍ਰਿਤ ਦਾ ਤੈਨੂੰ ਛਕਾ ਦਿੰਦੇ ਹਾਂ, ਪਰ ਖੰਡੇ ਬਾਟੇ ਦੀ ਪਹੁਲ ਲੈ ਕੇ ਆਪਣਾ ਜੀਵਨ ਸਫਲ ਬਣਾ ਲਿਆ। ਮਹਾਰਾਜ ਬਾਣੀ ਵਿੱਚ ਕਹਿੰਦੇ ਹੁੰਦੇ ਜੀਵਨ ਸਫਲ ਬਣਾਉਣਾ ਪੈਣਾ, ਜੀਵਨ ਸਫਲ ਬਣਾਉਣਾ ਪੈਣਾ, ਜੀਵਨ ਸਫਲ ਬਣਾਉਣਾ ਪੈਣਾ, ਜੀਵਨ ਸਫਲ ਬਣਾਉਣਾ ਪੈਣਾ, ਜੀਵਨ ਸਫਲ ਬਣਾਉਣਾ। ਅੰਮ੍ਰਿਤ ਪੁਰਾਣ ਦਾ ਜਗ ਕੇ ਜੀਵਨ ਸਫਲ ਬਣਾਉਣਾ, ਅੰਮ੍ਰਿਤ ਪੁਰਾਣ ਦਾ ਜਗ ਕੇ ਜੀਵਨ ਸਫਲ ਬਣਾਉਣਾ ਪੈਣਾ, ਓ ਅੰਮ੍ਰਿਤ ਪੁਰਾਣ ਦਾ ਜਗ ਕੇ ਜੀਵਨ ਸਫਲ ਬਣਾਉਣਾ ਪੈਣਾ। ਸਫਲ ਬਣਾਉਣਾ ਪੈਣਾ, ਗੁਰੂ ਕਿਰਪਾ ਸਾਰੇ ਜੀਵਨ ਸਫਲ ਤਾਂ ਬਣੇਗਾ ਜੇ ਗੁਰਾਂ ਦਾ ਅੰਮ੍ਰਿਤ ਛਕਾਂਗੇ।